ਇਦਾਂ ਅਸੀਂ ਸਭ ਜਾਣਦੇ ਹਾਂ ਕਿ ਹਰੇਕ ਚੀਜ਼ ਅਪਗ੍ਰੇਡ ਹੋ ਰਹੀ ਹੈ ਜੀ, ਅਪ ਟੂ ਡੇਟ ਹੋ ਰਹੀ ਹੈ। ਜੇਕਰ ਤੁਹਾਡਾ ਟਰੈਕਟਰ ਵੀ ਅਪਗ੍ਰੇਡ ਹੋ ਜਾਵੇ ਅਤੇ ਉਸਦੇ ਵਿੱਚ ਬਹੁਤ ਸਾਰੀਆਂ ਫੈਸਿਲਿਟੀਜ਼ ਲੈਸ ਕਰ ਦਿੱਤੀਆਂ ਜਾਣ, ਤਾਂ ਉਸਨੂੰ ਕਿਹੜਾ ਟਰੈਕਟਰ ਕਹੋਗੇ? ਮੈਂ ਦੱਸਾਂ ਜੀ, ਉਸਨੂੰ ਨਾਮ ਦਿੱਤਾ ਜਾਵੇਗਾ ਜੋਨ ਡੀਅਰ ਟਰੈਕਟਰ ਦਾ। ਜੀ ਹਾਂ, ਜਿਸ ਨੇ ਆਪਣੇ ਆਪ ਨੂੰ ਬਹੁਤ ਸਾਰੀਆਂ ਫੈਸਿਲਿਟੀਜ਼ ਦੇ ਨਾਲ ਲੈਸ ਕੀਤਾ ਹੋਇਆ ਅਤੇ ਬਹੁਤ ਕੁਝ ਵੱਖਰਾ ਲੈ ਕੇ ਆਇਆ ਸਪੈਸ਼ਲ ਅਤੇ ਸਪੈਸ਼ਲ ਫਾਰਮਰਸ ਦੇ ਲਈ, ਜਿਸ ਨੂੰ ਇੰਟਰੋਡਿਊਸ ਕਰਵਾਇਆ ਨਿਊ ਗ੍ਰੀਨ ਮਾਰਕੀਟ ਮੋਰਿੰਡੇ ਦੇ ਵਿੱਚ ਚੰਡੀਗੜ੍ਹ ਰੋਡ 'ਤੇ ਗਿੱਲ ਐਗਰੋ ਨੇ, ਜੋ ਕਿ ਆਥੋਰਾਈਜ਼ਡ ਡੀਲਰਸ਼ਿਪ ਹੈ ਜੀ। ਸਭ ਤੋਂ ਜ਼ਿਆਦਾ ਮੇਨ ਫੀਚਰ ਇਸ ਅਟਰੈਕਟ ਕਰਨ ਵਾਲੇ ਨੇ ਜੀ, ਅਗਰ ਮੈਂ ਇਸਦੇ ਕਲਰ ਕੋਂਬੀਨੇਸ਼ਨ ਦੀ ਗੱਲ ਕਰਾਂ, ਕਿਸਾਨਾਂ ਨੂੰ ਫਾਰਮਰਸ ਨੂੰ ਬਹੁਤ ਜ਼ਿਆਦਾ ਅਟਰੈਕਟ ਕਰਦਾ ਹੈ। ਜੀ ਹਾਂ, ਗ੍ਰੀਨ ਅਤੇ ਯੈਲੋ, ਜੋ ਕਿ ਦੋਨੋਂ ਰਿਲੇਟ ਕਰਦੇ ਨੇ ਫਾਰਮਰਸ ਦੀ ਫਾਰਮਿੰਗ ਦੇ ਨਾਲ। ਜਦੋਂ ਫਸਲ ਨੂੰ ਬੀਜਿਆ ਜਾਂਦਾ ਜੋ ਹਰੇ ਰੰਗ ਦੀ ਹੁੰਦੀ ਹੈ, ਪਰ ਜਦੋਂ ਪੱਕ ਕੇ ਤਿਆਰ ਹੋ ਜਾਂਦੀ ਹੈ ਉਸਦਾ ਰੰਗ ਸੁਨਹਿਰੀ ਹੋ ਜਾਂਦਾ ਹੈ ਜੀ, ਪੀਲਾ ਰੰਗ ਹੋ ਜਾਂਦਾ ਹੈ। ਦੈਟਸ ਵਾਈ ਇਸਨੇ ਦੋ ਕੋਂਬੀਨੇਸ਼ਨ ਰੱਖੇ ਨੇ, ਯੈਲੋ ਅਤੇ ਗ੍ਰੀਨ। ਨਾਲ ਦੀ ਨਾਲ ਤੁਹਾਨੂੰ ਹੋਰ ਕੀ ਚਾਹੀਦਾ ਹੁੰਦਾ ਜੀ? ਤੇਲ ਵਿੱਚ ਡੁੱਬੀਆਂ ਬ੍ਰੇਕਾਂ ਇਸਦੇ ਕੋਲ ਨੇ ਜੀ, ਐਡਜਸਟੇਬਲ ਇਸਦੀ ਵੀਲ ਸਟੇਅਰਿੰਗ ਹੈ, ਸੀਟ ਬਹੁਤ ਹੀ ਜ਼ਿਆਦਾ ਇਹਨਾਂ ਨੇ ਬਣਾਈ ਹੋਈ ਯੂਨੀਕ, ਜਿੱਥੇ ਤੁਸੀਂ ਮਤਲਬ ਕਿੰਨੇ ਘੰਟੇ ਬੈਠ ਕੇ ਆਰਾਮਦਾਇਕ ਜਿਹੜੀ ਆਪਣੀ ਫਾਰਮਿੰਗ ਦਾ ਇੰਜੋਏ ਵੀ ਕਰ ਸਕਦੇ ਹੋ। ਜੋਨ ਡੀਅਰ ਨੇ ਤਾਂ ਵੈਸੇ ਕਈ ਸਾਰੇ ਮਹਿਮਾਨ ਇੰਟਰੋਡਿਊਸ ਕਰਵਾਏ ਨੇ, ਪਰ ਇਹਨਾਂ ਦਾ ਇੱਕ ਮਹਿਮਾਨ ਜੀ 5305 ਵੀ ਹੈ। 5305 ਦੇ ਥੋੜ੍ਹੀਆਂ ਜਿਹੀ ਖੂਬੀਆਂ ਮੈਂ ਤੁਹਾਨੂੰ ਦੱਸਣਾ ਚਾਹਾਂਗੀ। ਡਿਜੀਟਲ ਮੀਟਰ ਜਿਹੜਾ ਕਿ ਤੁਹਾਨੂੰ ਦਿੱਤਾ ਗਿਆ, ਨਾਲ ਦੀ ਨਾਲ ਜੀ ਪਾਵਰ ਸਟੀਅਰਿੰਗ ਹੈ ਜਿਸਦਾ ਤੁਸੀਂ ਇੰਜੋਏ ਮਾਣ ਸਕਦੇ ਹੋ। ਅਤੇ ਇਸਦੀ ਕਟਾਈ ਦੀ ਜੇਕਰ ਮੈਂ ਗੱਲ ਕਰਾਂ ਜੀ, ਜੇਕਰ ਤੁਹਾਡੇ ਖੇਤ ਵੀ ਛੋਟੇ ਹੈ ਤਾਂ ਕਟਾਈ ਵੀ ਬਹੁਤ ਹੀ ਛੋਟੇ ਖੇਤਾਂ ਦੇ ਵਿੱਚ ਬੜੀ ਆਰਾਮਦਾਇਕ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ। ਅਤੇ 8 ਇਹਦੇ ਗੇਅਰ ਹੈ ਜਿਹੜੇ ਕਿ ਫੋਰਵਰਡ ਨੇ, ਅਤੇ 4 ਰਿਵਰਸ ਗੇਅਰ ਤੁਹਾਨੂੰ ਇਸ ਟਰੈਕਟਰ ਦੇ ਵਿੱਚ ਦਿੱਤੇ ਗਏ ਨੇ। ਖਾਸ 5305 HP ਦਾ ਜੀ ਟਰੈਕਟਰ ਇੰਟਰੋਡਿਊਸ ਕਰਵਾਇਆ ਜੀ। ਬਿਲਕੁਲ ਜੀ, ਹੋਰ ਵੀ ਖੂਬੀਆਂ ਦੱਸਦੀਆਂ ਮੈਂ ਤੁਹਾਨੂੰ ਜੋਨ ਡੀਅਰ ਦੀਆਂ, ਜੋ ਕਿ ਘੱਟ ਡੀਜ਼ਲ ਦੀ ਖਪਤ ਕਰਦਾ ਹੈ ਅਤੇ ਭਾਰੀ ਇੰਪਲੀਮੈਂਟਸ ਹੈ ਜੀ ਉਹ ਵੀ ਚੁੱਕ ਸਕਦਾ। ਬੇਸਿਕਲੀ ਇਹਨੂੰ ਮੈਂ ਕਹਿ ਸਕਦੀ ਹਾਂ ਇੱਕ ਮਜ਼ਬੂਤ ਟਰੈਕਟਰ ਹੈ ਜੀ ਜੋਨ ਡੀਅਰ। ਬੇਸਿਕਲੀ ਜ਼ਿਆਦਾ ਸਾਨੂੰ ਪ੍ਰੋਬਲਮ ਆਉਂਦੀ ਹੈ ਜੀ ਟਰੈਕਟਰ ਦੀ ਸਰਵਿਸ ਦੀ, ਇਸ ਚੀਜ਼ ਨੂੰ ਲੈ ਕੇ ਜੀ ਗਿੱਲ ਐਗਰੋ ਆਪਣੀ ਬਿਹਤਰੀਨ ਸਰਵਿਸ ਦੇ ਰਿਹਾ ਜੀ ਚੰਡੀਗੜ੍ਹ ਰੋਡ ਮੋਰਿੰਡਾ ਵਿਖੇ, ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਬਿਹਤਰੀਨ ਵੈਲ ਐਜੂਕੇਟਿਡ ਸਟਾਫ ਹੈ ਜਿਹੜਾ ਕਿ ਤੁਹਾਡੀ ਸਰਵਿਸ ਦੇ ਵਿੱਚ ਪ੍ਰੋਵਾਈਡ ਕਰਵਾਇਆ ਗਿਆ, ਜਿਸ ਨੂੰ ਟਾਈਮ ਟੂ ਟਾਈਮ ਵਰਕਸ਼ਾਪ ਦੇ ਵਿੱਚ ਟ੍ਰੇਨ ਕੀਤਾ ਜਾਂਦਾ ਹੈ। ਸਰ, ਅੱਜ ਕਿਵੇਂ ਵਿਜ਼ਿਟ ਕਰਨਾ ਹੋਇਆ ਜੀ? ਅਸੀਂ ਟਰੈਕਟਰ ਦੀ ਸਰਵਿਸ ਵਾਸਤੇ ਆਏ ਸੀ। ਯੂਜ਼ ਕਰ ਰਹੇ ਹਾਂ ਜੀ ਜੋਨ ਡੀਅਰ? ਅਸੀਂ ਸਨ 2002 ਤੋਂ ਇਹਦੇ ਨਾਲ ਜੁੜੇ ਹੋਏ ਹਾਂ ਜੀ। 2002 ਤੋਂ ਜੁੜੇ ਹੋਏ ਹਾਂ, ਤਾਂ ਗਿੱਲ ਐਗਰੋ ਦੀਆਂ ਸਰਵਿਸਿਜ਼ ਕਦੋਂ ਤੋਂ ਲੈ ਰਹੇ ਹੋ? ਗਿੱਲ ਐਗਰੋ ਦੀਆਂ ਸਰਵਿਸ ਸਾਨੂੰ ਹੋ ਗਏ 2-3 ਸਾਲ ਹੋ ਗਏ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੱਸੋ ਜੀ, ਜੋਨ ਡੀਅਰ ਤੁਹਾਡਾ ਕਿੰਨਾ ਕੁ ਜ਼ਿਆਦਾ ਮਨਪਸੰਦ ਟਰੈਕਟਰ ਹੈ? ਇਹ ਤਾਂ ਜੀ ਅਸੀਂ ਪਹਿਲਾਂ ਹੋਰ ਵੀ ਟਰੈਕਟਰ ਵਰਤੇ ਹੈ, ਲੇਕਿਨ ਜਦ ਤੋਂ ਇਹਨੂੰ 7-8 ਸਾਲ ਤੋਂ ਇਹਨੂੰ ਵਰਤਿਆ ਜੀ, ਸਾਡੇ ਇੰਨਾ ਮਨ 'ਤੇ ਚੜ੍ਹ ਗਿਆ ਵੀ ਅਸੀਂ ਹੋਰ ਜੇ ਕੋਈ ਸਾਤੇ ਸਲਾਹ ਪੁੱਛਦਾ, ਅਸੀਂ ਹਰੇਕ ਬੰਦੇ ਨੂੰ ਇਹੀ ਗੱਲ ਕਹਿੰਦੇ ਹਾਂ ਵੀ ਜੋਨ ਡੀਅਰ ਟਰੈਕਟਰ ਲਓ, ਜੋਨ ਡੀਅਰ ਟਰੈਕਟਰ ਲਓ। ਇਹਦੀ ਸਰਵਿਸ ਹੈ ਜਿਹੜੀ ਉਹ ਬਹੁਤ, ਇਹਨਾਂ ਦੀ ਜਿਹੜੀ ਇੱਥੇ ਮਤਲਬ ਮਕੈਨਿਕ ਹੈ, ਇਹਨਾਂ ਨੂੰ ਜਦ ਮਰਜ਼ੀ ਕਹਿ ਦਿਓ, ਰਾਤ ਨੂੰ ਵੀ ਬੁਲਾ ਲਓ ਜੇ ਅਸੀਂ ਖੇਤ 'ਚ ਕੰਮ ਕਰਦੇ ਹਾਂ, ਤਾਂ ਵੀ ਉਹ ਰਾਤ ਨੂੰ ਜਾ ਕੇ ਵੀ ਉੱਥੇ ਟਰੈਕਟਰ ਨੂੰ ਦੇਖਦੇ ਹਾਂ ਔਰ ਚੱਲਦਾ ਕਰਦੇ ਹਾਂ। ਸੋ ਦਰਸ਼ਕੋ, ਮੈਨੂੰ ਲੱਗਦਾ ਜੀ ਜੋਨ ਡੀਅਰ ਦੀ ਕੋਈ ਖੁਸ਼ਖਬਰੀ ਵਾਲੀ ਗੱਲ ਹੈ, ਕਿਸੇ ਨੇ ਟਰੈਕਟਰ ਲਿਆ ਲੱਗਦਾ ਜੀ। ਗੱਲਬਾਤ ਕਰਦੇ ਹਾਂ ਜੀ ਇਹਨਾਂ ਦੇ ਨਾਲ ਵੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਹਾਡਾ ਨਾਮ ਜੀ? ਜਸਵਿੰਦਰ ਸਿੰਘ ਜੀ। ਜੀ, ਤੁਸੀਂ ਬੜੇ ਖੁਸ਼ ਜਿਹੇ ਨਜ਼ਰ ਆ ਰਹੇ ਹੋ, ਕਿ ਟਰੈਕਟਰ ਵਗੈਰਾ ਲਿਆ ਜੀ? ਹਾਂਜੀ ਹਾਂਜੀ। ਕੀ ਜੋਨ ਡੀਅਰ ਦਾ ਕਿਹੜਾ ਮਾਡਲ ਲਿਆ? ਹਾਂਜੀ, 50-50। ਓਕੇ ਜੀ, ਕੀ ਕੰਪੈਰੀਜ਼ਨ ਲੱਗਿਆ ਕਿ ਮੈਂ ਜੋਨ ਡੀਅਰ ਹੀ ਲੈਣਾ, ਕੋਈ ਹੋਰ ਟਰੈਕਟਰ ਨਹੀਂ ਲੈਣਾ, ਕਿਉਂ ਇੱਦਾਂ ਫੀਲ ਆਇਆ ਮਨ ਦੇ? ਇੱਕ ਤਾਂ ਹੀ ਸਾਡੇ ਪਿੰਡ ਹੁਣੇ 3 ਟਰੈਕਟਰ ਗਏ ਨੇ ਪਿਛਲੇ 6 ਮਹੀਨੇ ਦੇ ਵਿੱਚ, ਅਤੇ ਦੂਜਾ ਇਹ ਟਰੈਕਟਰ ਸਾਰੇ ਪਾਸੇ ਸਹੀ ਹੈ ਜੀ, ਖਰਚਾ ਵੀ ਇਹਦਾ ਘੱਟ ਹੈ, ਚਲਾਉਣ ਦੇ ਵਿੱਚ ਵੀ ਕੋਈ ਦਿੱਕਤ ਨਹੀਂ। ਜੇਕਰ ਫੀਚਰਸ ਦੀ ਗੱਲ ਕੀਤੀ ਜਾਵੇ, ਕਿਵੇਂ ਦੇ ਫੀਚਰਸ ਲੱਗਦੇ ਇਹਨੂੰ ਚਲਾਉਣ? ਤਾਂ ਐਵੇਂ ਕੰਫਰਟੇਬਲ ਹੈ, ਅਤੇ ਬਾਕੀ ਇਹਦੀ ਆਲੁਕ ਕੰਜਮਪਸ਼ਨ ਵੀ ਘੱਟ ਹੈ ਦੂਜੇ ਟਰੈਕਟਰਾਂ ਦੇ ਮੁਕਾਬਲੇ, ਅਤੇ ਸਾਈਡ ਗੇਅਰ ਹੈ, ਅਤੇ ਹੋਰ ਕਈ ਚੀਜ਼ਾਂ ਦੂਜੇ ਟਰੈਕਟਰਾਂ ਨਾਲ ਵਧੀਆ ਨੇ, ਅਤੇ ਕੰਮ ਵੀ ਛੇਤੀ ਨਿਬੇੜਦਾ ਉਹਨਾਂ ਨੂੰ। ਜ਼ਿਆਦਾ ਪ੍ਰੋਬਲਮ ਆਉਂਦੀ ਹੈ ਜੀ ਫਾਰਮਰਸ ਨੂੰ ਸਪੇਅਰ ਪਾਰਟਸ ਦੀ। ਜੀ ਹਾਂ, ਜੈਨੂਨ ਸਪੇਅਰ ਪਾਰਟਸ ਨਹੀਂ ਅਵੇਲੇਬਲ ਹੁੰਦੇ, ਪਰ ਜੇਕਰ ਤੁਸੀਂ ਗਿੱਲ ਐਗਰੋ ਤੋਂ ਆਪਣਾ ਜੋਨ ਡੀਅਰ ਦਾ ਟਰੈਕਟਰ ਲੈਣੇ ਹੋ, 100% ਗਰੰਟੀ ਹੈ ਜੀ ਇਹਨਾਂ ਕੋਲ ਜੈਨੂਨ ਸਪੇਅਰ ਪਾਰਟਸ ਤੁਹਾਨੂੰ ਅਵੇਲੇਬਲ ਕਰਵਾ ਕੇ ਦਿੱਤੇ ਜਾਣਗੇ। ਸੋ ਫਰੈਂਡਸ, ਗਿੱਲ ਐਗਰੋ ਦੀ ਮੈਨੇਜਮੈਂਟ ਟੀਮ ਨਾਲ ਜੁੜਨ ਲੱਗਿਆ ਜੀ, ਕੁਝ ਕੁਐਸਚਨਸ ਮੇਰੇ ਵੀ ਨੇ, ਕੁਝ ਕੁਐਰੀਜ਼ ਤੁਹਾਡੀਆਂ ਵੀ ਨੇ, ਗੱਲਬਾਤ ਕਰਦੇ ਹਾਂ ਜੀ ਉਹਨਾਂ ਦੇ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਸਰ ਮੈਂ ਇਹ ਪੁੱਛਣਾ ਚਾਹਾਂਗੀ, ਜੋਨ ਡੀਅਰ ਗਿੱਲ ਐਗਰੋ ਨੇ ਕਿਉਂ ਚੂਜ਼ ਕੀਤਾ ਆਪਣੀ ਡੀਲਰਸ਼ਿਪ ਦੇ ਲਈ? ਮੈਂ ਮੈਮ ਅਸਲ ਮੈਂ 11 ਤੋਂ ਮੈਂ ਇਹਦੇ ਵਿੱਚ ਜੋਨ ਡੀਅਰ 'ਚ ਜੁੜਿਆ ਹੋਇਆ, 11 ਤੋਂ ਮੇਰੇ ਕੋਲ ਸਮਰਾਲਾ ਸੀਗਾ ਡੀਲਰਸ਼ਿਪ, ਅਤੇ ਉਹ ਤੋਂ ਬਾਅਦ ਹੁਣ ਮੈਂ ਆਪਣੇ 16 ਜਾ ਕੇ 16 ਦੇ ਲਾਸਟ
ਆ ਕੇ ਜੁਆਇਨ ਕਰੀ ਆ। ਮੈਨੂੰ ਕੰਪਨੀ ਦਾ ਇਹ ਸੀਗਾ ਵੀ ਗਿੱਲ ਸਾਹਿਬ ਜਿੱਥੇ ਤੁਸੀਂ ਸਮਰਾਲਾ ਚਲਾ ਸਕਦੇ ਹੋ ਵੀ ਸਾਡਾ ਮਰਿੰਡੇ ਦੇ ਵਿੱਚ ਵੀ ਕਸਟਮਰ ਵਧੀਆ ਨੇ, ਤੁਸੀਂ ਮਰਿੰਡੇ ਦੇ ਵਿੱਚ ਉਹ ਕਰੋ। ਮੈਨੂੰ ਮੋਹਾਲੀ ਚਮਕੌਰ ਸਾਹਿਬ ਖਮਾਣੋ ਤਹਿਸੀਲ ਜੀ ਇਹ ਕੰਪਨੀ ਨੇ ਮੈਨੂੰ ਦਿੱਤਾ ਜੀ। ਬਾਕੀ ਜਿਹੜੇ ਇੱਥੇ ਦੇ ਮਰਿੰਡੇ ਦੇ ਇਲਾਕੇ ਦੇ ਕਿਸਾਨ ਨੇ ਬਹੁਤ ਵਧੀਆ ਫਾਰਮਰ ਨੇ, ਔਰ ਉਹਨਾਂ ਦੀ ਮੰਗ ਵੀ ਸੀਗੀ ਵੀ ਜੌਨ ਡੀਅਰ ਦੀ ਡੀਲਰਸ਼ਿਪ ਨੇੜੇ ਆਵੇ ਜੋ ਕਿ ਅਸੀਂ ਇਹਨੂੰ ਵਧੀਆ ਜੀ। ਸਰ ਮੈਨੂੰ ਇਹ ਦੱਸੋ ਜੀ, ਇੱਕ ਜ਼ਿੰਮੇਦਾਰ ਕਿਸਾਨ ਅਗਰ ਜੌਨ ਡੀਅਰ ਨੂੰ ਆਪਣੀ ਘਰ ਦੀ ਫੈਮਿਲੀ ਦਾ ਮੈਂਬਰ ਬਣਾਏ ਤਾਂ ਕਿਉਂ ਬਣਾਏ? ਮੈਮ ਇਹਦੇ ਵਿੱਚ ਇੱਕ ਤਾਂ ਟਰੈਕਟਰ ਦੇ ਵਿੱਚ ਲੀਕਿੰਗ ਹੈ ਨਹੀਂ, ਚਾਹੇ ਆਪਾਂ ਘਰ ਦੀ ਕੋਠੀ 'ਚ ਚਿਪਸ ਖੜਾ ਲਓ ਕਿਤੇ ਵੀ ਖੜਾ ਲਓ, ਇਹਦੀ ਲੀਕਿੰਗ ਹੈ ਨਹੀਂ। ਦੂਜੀ ਇਸ ਕੰਪਨੀ 'ਚ ਜੌਨ ਡੀਅਰ ਚਾਈਨਾ ਦਾਵਾਂ ਵੀ ਇਹ 5 ਸਾਲ ਦੀ ਵਾਰੰਟੀ ਲੈ ਕੇ ਆਇਆ ਵੀ ਕਿਸੇ ਵੀ ਕਿਸਮ ਦੀ ਟਰੈਕਟਰ ਨੂੰ 5 ਸਾਲ ਦੇ ਵਿੱਚ ਦਿੱਕਤ ਆਉਂਦੀ ਆ ਇਹ ਸਾਡੀ ਕੰਪਨੀ ਉਸ ਬਾਰੇ ਫੁੱਲ ਸਪੋਰਟ ਕਰਦੀ ਆ ਜੀ। ਮੈਂ ਅਗਲੇ ਕੁਸ਼ਚਨ ਤੁਹਾਡੇ ਤੋਂ ਪੁੱਛਣਾ ਚਾਹਾਂਗੀ, ਯੂਥ ਅੱਜ ਕੱਲ੍ਹ ਬਹੁਤ ਜ਼ਿਆਦਾ ਅਟਰੈਕਟ ਹੋ ਰਿਹਾ ਜੌਨ ਡੀਅਰ, ਕੀ ਰੀਜ਼ਨ ਮੰਨਦੇ ਹੋ ਅਤੇ ਯੂਥ ਨੂੰ ਕਿਉਂ ਅਟਰੈਕਟ ਕਰ ਰਹੇ ਨੇ? ਜੂਸ ਇੱਦਾਂ ਜੀ, ਅਤੇ ਸਾਡਾ ਨਵਾਂ ਟਰੈਕਟਰ ਏਸੀ ਕੈਬਨ ਆ ਰਿਹਾ ਜੀ, ਜੂਸ ਨੂੰ ਜ਼ਿਆਦਾ ਪਸੰਦ ਆਈ ਤਾਂ ਬਹੁਤ ਵਧੀਆ, ਜਿਵੇਂ ਗੱਡੀ 'ਚ ਫੀਚਰ ਦੇਖਦੇ ਹਾਂ ਆਪਾਂ ਉੱਦਾਂ ਸਾਡੇ ਏਸੀ ਕੈਬਨ ਟਰੈਕਟਰ 'ਚ ਫੀਚਰ ਆਈ ਨਵੇਂ। ਹਾਂਜੀ ਲੋ ਜੀ ਦਰਸ਼ਕੋ, ਜੇਕਰ ਤੁਸੀਂ ਵੀ ਗਿੱਲ ਐਗਰੋ ਨੂੰ ਲੈ ਕੇ ਕਿਸ ਤਰ੍ਹਾਂ ਦੀ ਕੋਈ ਕੁਐਰੀ ਆਪਣੀ ਜੀ ਕਲੀਅਰ ਕਰਨਾ ਚਾਹੁੰਦੇ ਹੋ ਜਾਂ ਫਿਰ ਇੱਥੇ ਵਿਜ਼ਿਟ ਕਰਕੇ ਜੌਨ ਡੀਅਰ ਨੂੰ ਆਪਣੇ ਘਰ ਦਾ ਮਹਿਮਾਨ ਜਾਂ ਆਪਣੇ ਘਰ ਦਾ ਪੁੱਤਰ ਬਣਾਉਣਾ ਚਾਹੁੰਦੇ ਹੋ ਜੀ, ਫਿਰ ਹੇਠ ਲਿਖੇ ਨੰਬਰਾਂ 'ਤੇ ਕਾਲ ਕਰ ਸਕਦੇ ਹੋ, ਪਰ ਸਫ਼ਰ ਕੰਟੀਨਿਊ ਰਹੇਗਾ ਜੀ।